ਕਿ ਤੁਸੀਂ ਵੀ ਛੋਟੀਆਂ-ਛੋਟੀਆਂ ਗੱਲਾਂ ਅਕਸਰ ਜਾਂਦੇ ਹੋ ਭੁੱਲ ਅਕਸਰ ਕਰੋ ਬਾਜ਼ਾਰ ਜਾਂਦੇ ਹੋ ਚੀਜ਼ ਖਰੀਦਣ ਤੇ ਲਿਆਉਣਾ ਜਾਂਦੇ ਹੋ ਭੁੱਲ ਆਖਿਰਕਾਰ ਕਿਉਂ ਹੁੰਦੀ ਹੈ ਭੁੱਲਣ ਦੀ ਬਿਮਾਰੀ ਕਿਉਂ ਨਹੀਂ ਰਹਿੰਦਾ ਕੁਝ ਵੀ ਯਾਦ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਆ ਹੋ ਨੈਕਸਟ ਪੰਜਾਬ ਦੇ ਨਾਲ ਮੈਂ ਸੋਨੀਆ ਕਈ ਵਾਰ ਅਜਿਹਾ ਹੁੰਦਾ ਵੀ ਅਸੀਂ ਚੀਜ਼ ਭੁੱਲ ਜਾਂਦੇ ਆ ਸਾਨੂੰ ਯਾਦ ਨਹੀਂ ਰਹਿੰਦਾ ਵੀ ਉਹ ਚੀਜ਼ ਅਸੀਂ ਰੱਖੀ ਕਿੱਥੇ ਆ ਉੱਥੇ ਹੀ ਕਈ ਵਾਰ ਅਜਿਹਾ ਹੁੰਦਾ ਵੀ ਜਦੋਂ ਅਸੀਂ ਬਾਹਰ ਸਮਾਨ ਲੈਣ ਜਾਂਦੇ ਆ ਤੇ ਸਾਨੂੰ ਭੁੱਲ ਜਾਂਦਾ ਵੀ ਅਸੀਂ ਕਿਹੜੀ ਚੀਜ਼ ਲੈ ਕੇ ਆਣੀ ਆ ਤੇ ਕਈ ਵਾਰ ਉਹ ਘਰ ਆ ਕੇ ਚੇਤਾਂਦਾ ਵੀ ਸਾਨੂੰ ਇਹ ਵੀ ਚੀਜ਼ ਲੈ ਕੇ ਆਣੀ ਸੀ ਪਰ ਇਹਨਾਂ ਚੀਜ਼ਾਂ ਦੇ ਪਿੱਛੇ ਦੀ ਕਹਾਣੀ ਕੀ ਹੈ ਵਿਗਿਆਨ ਕੀ ਹੈ ਉਸੇ ਬਾਰੇ ਅੱਜ ਅਸੀਂ ਚਰਚਾ ਕਰਾਂਗੇ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਕਿਉਂ ਅਕਸਰ ਸਾਡੇ ਦਿਮਾਗ ਦੇ ਵਿੱਚੋਂ ਇਹ ਚੀਜ਼ਾਂ ਨਿਕਲ ਜਾਂਦੀਆਂ ਨੇ। ਕਈ ਵਾਰ ਅਜੀਹਾ ਹੁੰਦਾ ਹੈ ਕਿ ਜਦੋਂ ਸਾਡੇ ਕੋਲ ਕੋਈ ਚੀਜ਼ ਹੁੰਦੀ ਆ ਤੇ ਅਸੀਂ ਉਸ ਦੀ ਭਾਲ ਕਰਦੇ ਸਮੇਂ ਸਾਰਾ ਸਿਰ ਆਪਣੇ ਘਰ ਤੇ ਚੁੱਕ ਲੈਂਦੇ ਹਾਂ। ਕਿਤੇ ਬੈਠਦੇ ਹਾਂ ਆਪਣਾ ਸਮਾਨ ਕੁਝ ਉੱਥੇ ਛੱਡ ਦਿੰਦੇ ਹਾਂ। ਭੁੱਲਣ ਦੀ ਬਿਮਾਰੀ ਕਈ ਤਰ੍ਹਾਂ ਦੀ ਸਮੱਸਿਆਵਾਂ ਦਾ ਕਾਰਨ ਹੁੰਦੀ ਆ। ਕੀ ਤੁਸੀਂ ਕਦੇ ਸੋਚਿਆ ਕਿ ਅਸੀਂ ਚੀਜ਼ਾਂ ਨੂੰ ਕਿਉਂ ਭੁੱਲ ਜਾਂਦੇ ਹਾਂ? ਸਾਡੀਆਂ ਯਾਦਾਂ ਕਿਉਂ ਬਦਲਦਿਆਂ ਹਨ ਰਚਨਾਤਮਕ ਲੋਕਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਪੁਰਾਣੀਆਂ ਚੀਜ਼ਾਂ ਨੂੰ ਜਲਦੀ ਭੁੱਲ ਜਾਂਦੇ ਹਨ ਮਾਹਿਰਾ ਦਾ ਮੰਨਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਭੁੱਲਣ ਦੀ ਆਦਤ ਹੁੰਦੀ ਆ ਉਹਨਾਂ ਨੇ ਬੇਕਾਰ ਚੀਜ਼ਾਂ ਨੂੰ ਮਹੱਤਵਪੂਰਨ ਚੀਜ਼ਾਂ ਤੋਂ ਵੱਖ ਕਰਨ ਦੀ ਕਲਾ ਵਿੱਚ ਮੁਹਾਰਤ ਹਾਸਲ ਕੀਤੀ ਹੁੰਦੀ ਹੈ ਭਾਵ ਉਹ ਉਹਨਾਂ ਦੀ ਕਾਬਲੀਅਤ ਬਿਲਕੁਲ ਵੱਖਰੀ ਹੁੰਦੀ ਹੈ ਅਜਿਹੇ ਲੋਕ ਬਿਲਕੁਲ ਵੱਖਰਾ ਸੋਚਦੇ ਨੇ ਇੱਕ ਬੇਸ਼ੱਕ ਇਹ ਅਜੀਬ ਗੱਲ ਮੰਨੀ ਜਾਂਦੀ ਹੈ ਪਰ ਇਸ ਨੂੰ ਸੱਚ ਵੀ ਮੰਨਿਆ ਜਾਂਦਾ ਹੈ ਹਾਲਾਂਕਿ ਇਹ ਵੀ ਸੱਚ ਹੈ ਕਿ ਪੁੱਲਨਹਾਰ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਵਿਗਿਆਨ ਕੀ ਕਹਿੰਦਾ ਹੈ ਇਸ ਵਿਸ਼ੇ ਉੱਤੇ ਖੋਜ ਕਰ ਰਹੇ ਵਿਗਿਆਨੀ ਦਾ ਮੰਨਣਾ ਹੈ ਕਿ ਜੇਕਰ ਕਿਸੇ ਦੀ ਜ਼ਿੰਦਗੀ ਲਗਾਤਾਰ ਅਤੇ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਤਾਂ ਉਹ ਦੂਜਾਂ ਨਾਲੋਂ ਜਲਦੀ ਕੁਝ ਭੁੱਲ ਜਾਂਦਾ ਹੈ ਅਤੇ ਉਸ ਦੀ ਯਾਦਦਾਸ਼ਤ ਸ਼ਕਤੀ ਵੀ ਕਮਜ਼ੋਰ ਹੋ ਜਾਂਦੀ ਹੈ ਇਹ ਆਦਤ ਬਣ ਜਾਂਦੀ ਹੈ ਵਿਗਿਆਨ ਅਨੁਸਾਰ ਜੋ ਵੀ ਅਸੀਂ ਯਾਦ ਦੇਖਦੇ ਜਾਂ ਸੁਣਦੇ ਹਾਂ ਅਸੀਂ ਭਵਿੱਖ ਲਈ ਉਹ ਯੋਜਨਾ ਬਣਾਉਂਦੇ ਹਾਂ ਇਹ ਸਾਡੀਆਂ ਯਾਦਾਂ ਉਤੇ ਨਿਰਭਰ ਕਰਦਾ ਹੈ ਇਹ ਉਹਨਾਂ ਚੀਜ਼ਾਂ ਤੋਂ ਆਉਂਦਾ ਹੈ ਜੋ ਸਾਡੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਵਰਤਦੀਆਂ ਸਨ ਤੇ ਸਾਨੂੰ ਯਾਦ ਨਹੀਂ ਰਹਿੰਦੀਆਂ ਜਿਵੇਂ ਕੋਈ ਮੂਰਤੀਕਾਰ ਪੱਥਰ ਤੋਂ ਮੂਰਤੀ ਬਣਾ ਲੈਂਦਾ ਹੈ ਮੂਰਤੀ ਜੋ ਵੀ ਆਕਾਰ ਲੈਂਦੀ ਆ ਉਹ ਪੱਥਰ ਦੀ ਅਸਲ ਸ਼ਕਲ ਨੂੰ ਭੁੱਲ ਜਾਂਦੀ ਹੈ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਸਾਡੇ ਜੀਵਨ ਵਿੱਚ ਕਈ ਤਰ੍ਹਾਂ ਦੇ ਬਦਲਾਅ ਆ ਰਹੇ ਹਨ ਅਜਿਹੀ ਸਥਿਤੀ ਵਿੱਚ ਸਾਡਾ ਮਨ ਬੇਲੋੜੀਆਂ ਚੀਜ਼ਾਂ ਘਟਨਾਵਾਂ ਤੇ ਯਾਦਾਂ ਨੂੰ ਵੀ ਦੂਰ ਕਰਦਾ ਹੈ ਇਸ ਲਈ ਇਨਸਾਨ ਨੂੰ ਹਮੇਸ਼ਾ ਨਵੀਆਂ ਗੱਲਾਂ ਸਿੱਖਦੇ ਰਹਿਣਾ ਚਾਹੀਦਾ ਹੈ ਕੁਝ ਨਵਾਂ ਸਿੱਖਣ ਲਈ ਪਹਿਲਾਂ ਸਿੱਖੀਆਂ ਗੱਲਾਂ ਨੂੰ ਭੁੱਲਣਾ ਜੋ ਆ ਉਹ ਬੇहद ਜ਼ਰੂਰੀ ਹੁੰਦਾ ਹੈ ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਇਹੀ ਕਾਰਨ ਹੈ ਕਿ ਸਾਡੀ ਯਾਦਾਸ਼ ਸ਼ਕਤੀ ਜੋ ਆ ਉਹ ਸਾਡੀਆਂ ਬੇਕਾਰ ਚੀਜ਼ਾਂ ਨੂੰ ਕੱਢ ਦਿੰਦੀ ਹੈ ਤੇ ਅਸੀਂ ਉਹਨਾਂ ਚੀਜ਼ਾਂ ਨੂੰ ਭੁੱਲ ਜਾਂਦੇ ਹਾਂ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਪਸੰਦ ਆਈ ਹੋਵੇਗੀ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆਂ ਦੇ ਇਜਾਜ਼ਤ ਤੇ ਜੁੜੇ ਰਹੋਨ ਐਕਸ ਪੰਜਾਬ ਦੇ ਨਾਲ ਕਿ ਤੁਸੀਂ ਵੀ ਛੋਟੀਆਂ-ਛੋਟੀਆਂ ਗੱਲਾਂ ਅਕਸਰ ਜਾਂਦੇ ਹੋ ਭੁੱਲ ਅਕਸਰ ਕਰੋ ਬਾਜ਼ਾਰ ਜਾਂਦੇ ਹੋ ਚੀਜ਼ ਖਰੀਦਣ ਤੇ ਲਿਆਉਣਾ ਜਾਂਦੇ ਹੋ ਭੁੱਲ ਆਖਿਰਕਾਰ ਕਿਉਂ ਹੁੰਦੀ ਹੈ ਭੁੱਲਣ ਦੀ ਬਿਮਾਰੀ ਕਿਉਂ ਨਹੀਂ ਰਹਿੰਦਾ ਕੁਝ ਵੀ ਯਾਦ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਨੈਕਸਟ ਪੰਜਾਬ ਦੇ ਨਾਲ ਮੈਂ ਸੋਨੀਆ ਕਈ ਵਾਰ ਅਜਿਹਾ ਹੁੰਦਾ ਵੀ ਅਸੀਂ ਚੀਜ਼ ਭੁੱਲ ਜਾਂਦੇ ਆ ਸਾਨੂੰ ਯਾਦ ਨਹੀਂ ਰਹਿੰਦਾ ਵੀ ਉਹ ਚੀਜ਼ ਅਸੀਂ ਰੱਖੀ ਕਿੱਥੇ ਆ ਉੱਥੇ ਹੀ ਕਈ ਵਾਰ ਅਜਿਹਾ ਹੁੰਦਾ ਵੀ ਜਦੋਂ ਅਸੀਂ ਬਾਹਰ ਸਮਾਨ ਲੈਣ ਜਾਂਦੇ ਆ ਤੇ ਸਾਨੂੰ ਭੁੱਲ ਜਾਂਦਾ ਵੀ ਅਸੀਂ ਕਿਹੜੀ ਚੀਜ਼ ਲੈ ਕੇ ਆਣੀ ਆ ਤੇ ਕਈ ਵਾਰ ਉਹ ਘਰ ਆ ਕੇ ਚੇਤਾਂਦਾ ਵੀ ਸਾਨੂੰ ਇਹ ਵੀ ਚੀਜ਼ ਲੈ ਕੇ ਆਣੀ ਸੀ ਪਰ ਇਹਨਾਂ ਚੀਜ਼ਾਂ ਦੇ ਪਿੱਛੇ ਦੀ ਕਹਾਣੀ ਕੀ ਹੈ ਵਿਗਿਆਨ ਕੀ ਹੈ ਉਸੇ ਬਾਰੇ ਅੱਜ ਅਸੀਂ ਚਰਚਾ ਕਰਾਂਗੇ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਕਿਉਂ ਅਕਸਰ ਸਾਡੇ ਦਿਮਾਗ ਦੇ ਵਿੱਚੋਂ ਇਹ ਚੀਜ਼ਾਂ ਨਿਕਲ ਜਾਂਦੀਆਂ ਨੇ। ਕਈ ਵਾਰ ਅਜੀਬ ਹੁੰਦਾ ਹੈ ਕਿ ਜਦੋਂ ਸਾਡੇ ਕੋਲ ਕੋਈ ਚੀਜ਼ ਹੁੰਦੀ ਆ ਤੇ ਅਸੀਂ ਉਸ ਦੀ ਭਾਲ ਕਰਦੇ ਸਮੇਂ ਸਾਰਾ ਸਿਰ ਆਪਣੇ ਘਰ ਤੇ ਚੁੱਕ ਲੈਂਦੇ ਹਾਂ। ਕਿਤੇ ਬੈਠਦੇ ਹਾਂ ਆਪਣਾ ਸਮਾਨ ਕੁਝ ਉੱਥੇ ਛੱਡ ਦਿੰਦੇ ਹਾਂ। ਭੁੱਲਣ ਦੀ ਬਿਮਾਰੀ ਕਈ ਤਰ੍ਹਾਂ ਦੀ ਸਮੱਸਿਆਵਾਂ ਦਾ ਕਾਰਨ ਹੁੰਦੀ ਆ। ਕਿ ਤੁਸੀਂ ਕਦੇ ਸੋਚਿਆ ਕਿ ਅਸੀਂ ਚੀਜ਼ਾਂ ਨੂੰ ਕਿਉਂ ਭੁੱਲ ਜਾਂਦੇ ਹਾਂ? ਸਾਡੀਆਂ ਯਾਦਾਂ ਕਿਉਂ ਬਦਲਦਿਆਂ ਹਨ ਰਚਨਾਤਮਕ ਲੋਕਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਪੁਰਾਣੀਆਂ ਚੀਜ਼ਾਂ ਨੂੰ ਜਲਦੀ ਭੁੱਲ ਜਾਂਦੇ ਹਨ ਮਾਹਿਰਾ ਦਾ ਮੰਨਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਭੁੱਲਣ ਦੀ ਆਦਤ ਹੁੰਦੀ ਆ ਉਹਨਾਂ ਨੇ ਬੇਕਾਰ ਚੀਜ਼ਾਂ ਨੂੰ ਮਹੱਤਵਪੂਰਨ ਚੀਜ਼ਾਂ ਤੋਂ ਵੱਖ ਕਰਨ ਦੀ ਕਲਾ ਵਿੱਚ ਮੁਹਾਰਤ ਹਾਸਲ ਕੀਤੀ ਹੁੰਦੀ ਹੈ ਭਾਵ ਉਹ ਉਨਾਂ ਦੀ ਕਾਬਲੀਅਤ ਬਿਲਕੁਲ ਵੱਖਰੀ ਹੁੰਦੀ ਹੈ ਅਜਿਹੇ ਲੋਕ ਬਿਲਕੁਲ ਵੱਖਰਾ ਸੋਚਦੇ ਨੇ ਇੱਕ ਬੇਸ਼ੱਕ ਇਹ ਅਜੀਬ ਗੱਲ ਮੰਨੀ ਜਾਂਦੀ ਹੈ ਪਰ ਇਸ ਨੂੰ ਸੱਚ ਵੀ ਮੰਨਿਆ ਜਾਂਦਾ ਹੈ ਹਾਲਾਂਕਿ ਇਹ ਵੀ ਸੱਚ ਹੈ ਕਿ ਭੁੱਲਣਹਾਰ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਵਿਗਿਆਨ ਕੀ ਕਹਿੰਦਾ ਹੈ ਇਸ ਵਿਸ਼ੇ ਉੱਤੇ ਖੋਜ ਕਰ ਰਹੇ ਵਿਗਿਆਨੀ ਦਾ ਮੰਨਣਾ ਹੈ ਕਿ ਜੇਕਰ ਕਿਸੇ ਦੀ ਜ਼ਿੰਦਗੀ ਲਗਾਤਾਰ ਅਤੇ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਤਾਂ ਉਹ ਦੂਜਿਆਂ ਨਾਲੋਂ ਜਲਦੀ ਕੁਝ ਭੁੱਲ ਜਾਂਦਾ ਹੈ ਅਤੇ ਉਸਦੀ ਯਾਦਦਾਸ਼ਤ ਸ਼ਕਤੀ ਵੀ ਕਮਜ਼ੋਰ ਹੋ ਜਾਂਦੀ ਹੈ ਇਹ ਆਦਤ ਬਣ ਜਾਂਦੀ ਹੈ ਵਿਗਿਆਨ ਅਨੁਸਾਰ ਜੋ ਵੀ ਅਸੀਂ ਯਾਦ ਦੇਖਦੇ ਜਾਂ ਸੁਣਦੇ ਹਾਂ ਅਸੀਂ ਭਵਿੱਖ ਲਈ ਉਹ ਯੋਜਨਾ ਬਣਾਉਂਦੇ ਹਾਂ ਇਹ ਸਾਡੀਆਂ ਯਾਦਾਂ ਉਤੇ ਨਿਰਭਰ ਕਰਦਾ ਹੈ ਇਹ ਉਹਨਾਂ ਚੀਜ਼ਾਂ ਤੋਂ ਆਉਂਦਾ ਹੈ ਜੋ ਸਾਡੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਵਾਪਰਦੀਆਂ ਸਨ ਤੇ ਸਾਨੂੰ ਯਾਦ ਨਹੀਂ ਰਹਿੰਦੀਆਂ ਜਿਵੇਂ ਕੋਈ ਮੂਰਤੀਕਾਰ ਪੱਥਰ ਤੋਂ ਮੂਰਤੀ ਬਣਾ ਲੈਂਦਾ ਮੂਰਤੀ ਜੋ ਵੀ ਆਕਾਰ ਲੈਂਦੀ ਆ ਉਹ ਪੱਥਰ ਦੀ ਅਸਲ ਸ਼ਕਲ ਨੂੰ ਭੁੱਲ ਜਾਂਦੀ ਹੈ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਸਾਡੇ ਜੀਵਨ ਵਿੱਚ ਕਈ ਤਰ੍ਹਾਂ ਦੇ ਬਦਲਾਅ ਆ ਰਹੇ ਹਨ ਅਜਿਹੀ ਸਥਿਤੀ ਵਿੱਚ ਸਾਡਾ ਮਨ ਬੇਲੋੜੀਆਂ ਚੀਜ਼ਾਂ ਘਟਨਾਵਾਂ ਤੇ ਯਾਦਾਂ ਨੂੰ ਵੀ ਦੂਰ ਕਰਦਾ ਹੈ ਇਸ ਲਈ ਇਨਸਾਨ ਨੂੰ ਹਮੇਸ਼ਾ ਨਵੀਆਂ ਗੱਲਾਂ ਸਿੱਖਦੇ ਰਹਿਣਾ ਚਾਹੀਦਾ ਕੁਝ ਨਵਾਂ ਸਿੱਖਣ ਲਈ ਪਹਿਲਾਂ ਸਿੱਖੀਆਂ ਗੱਲਾਂ ਨੂੰ ਭੁੱਲਣਾ ਜੋ ਆ ਉਹ ਬੇहद ਜ਼ਰੂਰੀ ਹੁੰਦਾ ਹੈ ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਇਹੀ ਕਾਰਨ ਹੈ ਕਿ ਸਾਡੀ ਯਾਦਾਸ਼ ਸ਼ਕਤੀ ਜੋ ਆ ਉਹ ਸਾਡੀਆਂ ਬੇਕਾਰ ਚੀਜ਼ਾਂ ਨੂੰ ਕੱਢ ਦਿੰਦੀ ਹੈ ਤੇ ਅਸੀਂ ਉਹਨਾਂ ਚੀਜ਼ਾਂ ਨੂੰ ਭੁੱਲ ਜਾਂਦੇ ਹਾਂ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਪਸੰਦ ਆਈ ਹੋਵੇਗੀ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆਂ ਦੇ ਇਜਾਜ਼ਤ ਤੇ ਜੁੜੇ ਰਹੋਨ ਐਕਸ ਪੰਜਾਬ ਦੇ ਨਾਲ ਕਿ ਤੁਸੀਂ ਵੀ ਛੋਟੀਆਂ-ਛੋਟੀਆਂ ਗੱਲਾਂ ਅਕਸਰ ਜਾਂਦੇ ਹੋ ਭੁੱਲ ਅਕਸਰ ਕਰੋ ਬਾਜ਼ਾਰ ਜਾਂਦੇ ਹੋ ਚੀਜ਼ ਖਰੀਦਣ ਤੇ ਲਿਆਉਣਾ ਜਾਂਦੇ ਹੋ ਭੁੱਲ ਆਖਿਰਕਾਰ ਕਿਉਂ ਹੁੰਦੀ ਹੈ ਭੁੱਲਣ ਦੀ ਬਿਮਾਰੀ ਕਿਉਂ ਨਹੀਂ ਰਹਿੰਦਾ ਕੁਝ ਵੀ ਯਾਦ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਆ ਹੋ ਨੈਕਸਟ ਪੰਜਾਬ ਦੇ ਨਾਲ ਮੈਂ ਸੋਨੀਆ ਕਈ ਵਾਰ ਅਜਿਹਾ ਹੁੰਦਾ ਵੀ ਅਸੀਂ ਚੀਜ਼ ਭੁੱਲ ਜਾਂਦੇ ਆ ਸਾਨੂੰ ਯਾਦ ਨਹੀਂ ਰਹਿੰਦਾ ਵੀ ਉਹ ਚੀਜ਼ ਅਸੀਂ ਰੱਖੀ ਕਿੱਥੇ ਆ ਉੱਥੇ ਹੀ ਕਈ ਵਾਰ ਅਜਿਹਾ ਹੁੰਦਾ ਵੀ ਜਦੋਂ ਅਸੀਂ ਬਾਜ਼ਾਰ ਸਮਾਨ ਲੈਣ ਜਾਂਦੇ ਆ ਤੇ ਸਾਨੂੰ ਭੁੱਲ ਜਾਂਦਾ ਵੀ ਅਸੀਂ ਕਿਹੜੀ ਚੀਜ਼ ਲੈ ਕੇ ਆਣੀ ਆ ਤੇ ਕਈ ਵਾਰ ਉਹ ਘਰ ਆ ਕੇ ਚੇਤਨ ਦਾ ਵੀ ਸਾਨੂੰ ਇਹ ਵੀ ਚੀਜ਼ ਲੈ ਕੇ ਆਣੀ ਸੀ ਪਰ ਇਹਨਾਂ ਚੀਜ਼ਾਂ ਦੇ ਪਿੱਛੇ ਦੀ ਕਹਾਣੀ ਕੀ ਹੈ ਵਿਗਿਆਨ ਕੀ ਹੈ ਉਸ ਬਾਰੇ ਅੱਜ ਅਸੀਂ ਚਰਚਾ ਕਰਾਂਗੇ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਕਿਉਂ ਅਕਸਰ ਸਾਡੇ ਦਿਮਾਗ ਦੇ ਵਿੱਚੋਂ ਇਹ ਚੀਜ਼ਾਂ ਨਿਕਲ ਜਾਂਦੀਆਂ ਨੇ। ਕਈ ਵਾਰ ਅਜੀਬਾ ਹੁੰਦਾ ਹੈ ਕਿ ਜਦੋਂ ਸਾਡੇ ਕੋਲ ਕੋਈ ਚੀਜ਼ ਹੁੰਦੀ ਆ ਤੇ ਅਸੀਂ ਉਸ ਦੀ ਭਾਲ ਕਰਦੇ ਸਮੇਂ ਸਾਰਾ ਸਿਰ ਆਪਣੇ ਘਰ ਤੇ ਚੁੱਕ ਲੈਂਦੇ ਹਾਂ। ਕਿਤੇ ਬੈਠਦੇ ਹਾਂ ਆਪਣਾ ਸਮਾਨ ਕੁਝ ਉੱਥੇ ਛੱਡ ਦਿੰਦੇ ਹਾਂ। ਭੁੱਲਣ ਦੀ ਬਿਮਾਰੀ ਕਈ ਤਰ੍ਹਾਂ ਦੀ ਸਮੱਸਿਆਵਾਂ ਦਾ ਕਾਰਨ ਹੁੰਦੀ ਆ। ਕੀ ਤੁਸੀਂ ਕਦੇ ਸੋਚਿਆ ਕਿ ਅਸੀਂ ਚੀਜ਼ਾਂ ਨੂੰ ਕਿਉਂ ਭੁੱਲ ਜਾਂਦੇ ਹਾਂ? ਸਾਡੀਆਂ ਯਾਦਾਂ ਕਿਉਂ ਬਦਲਦਿਆਂ ਹਨ ਰਚਨਾਤਮਕ ਲੋਕਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਪੁਰਾਣੀਆਂ ਚੀਜ਼ਾਂ ਨੂੰ ਜਲਦੀ ਭੁੱਲ ਜਾਂਦੇ ਹਨ ਮਾਹਿਰਾ ਦਾ ਮੰਨਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਭੁੱਲਣ ਦੀ ਆਦਤ ਹੁੰਦੀ ਆ ਉਹਨਾਂ ਨੇ ਬੇਕਾਰ ਚੀਜ਼ਾਂ ਨੂੰ ਮਹੱਤਵਪੂਰਨ ਚੀਜ਼ਾਂ ਤੋਂ ਵੱਖ ਕਰਨ ਦੀ ਕਲਾ ਵਿੱਚ ਮੁਹਾਰਤ ਹਾਸਲ ਕੀਤੀ ਹੁੰਦੀ ਹੈ ਭਾਵ ਉਹ ਉਨਾਂ ਦੀ ਕਾਬਲੀਅਤ ਬਿਲਕੁਲ ਵੱਖਰੀ ਹੁੰਦੀ ਹੈ ਅਜਿਹੇ ਲੋਕ ਬਿਲਕੁਲ ਵੱਖਰਾ ਸੋਚਦੇ ਨੇ ਇੱਕ ਬੇਸ਼ੱਕ ਇਹ ਅਜੀਬ ਗੱਲ ਮੰਨੀ ਜਾਂਦੀ ਹੈ ਪਰ ਇਸ ਨੂੰ ਸੱਚ ਵੀ ਮੰਨਿਆ ਜਾਂਦਾ ਹੈ ਹਾਲਾਂਕਿ ਇਹ ਵੀ ਸੱਚ ਹੈ ਕਿ ਪੁੱਲਨਹਾਰ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਵਿਗਿਆਨ ਕੀ ਕਹਿੰਦਾ ਹੈ ਇਸ ਵਿਸ਼ੇ ਉੱਤੇ ਖੋਜ ਕਰ ਰਹੇ ਵਿਗਿਆਨੀ ਦਾ ਮੰਨਣਾ ਹੈ ਕਿ ਜੇਕਰ ਕਿਸੇ ਦੀ ਜ਼ਿੰਦਗੀ ਲਗਾਤਾਰ ਅਤੇ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਤਾਂ ਉਹ ਦੂਜਾਂ ਨਾਲੋਂ ਜਲਦੀ ਕੁਝ ਭੁੱਲ ਜਾਂਦਾ ਹੈ ਅਤੇ ਉਸਦੀ ਯਾਦਦਾਸ਼ਤੀ ਵੀ ਕਮਜ਼ੋਰ ਹੋ ਜਾਂਦੀ ਹੈ ਇਹ ਆਦਤ ਬਣ ਜਾਂਦੀ ਹੈ ਵਿਗਿਆਨ ਅਨੁਸਾਰ ਜੋ ਵੀ ਅਸੀਂ ਯਾਦ ਦੇਖਦੇ ਜਾਂ ਸੁਣਦੇ ਹਾਂ ਅਸੀਂ ਭਵਿੱਖ ਲਈ ਉਹ ਯੋਜਨਾ ਬਣਾਉਂਦੇ ਹਾਂ ਇਹ ਸਾਡੀਆਂ ਯਾਦਾਂ ਉਤੇ ਨਿਰਭਰ ਕਰਦਾ ਹੈ ਇਹ ਉਹਨਾਂ ਚੀਜ਼ਾਂ ਤੋਂ ਆਉਂਦਾ ਹੈ ਜੋ ਸਾਡੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਵਾਪਰਦੀਆਂ ਸਨ ਤੇ ਸਾਨੂੰ ਯਾਦ ਨਹੀਂ ਰਹਿੰਦੀਆਂ ਜਿਵੇਂ ਕੋਈ ਮੂਰਤੀਕਾਰ ਪੱਥਰ ਤੋਂ ਮੂਰਤੀ ਬਣਾ ਲੈਂਦਾ ਮੂਰਤੀ ਜੋ ਵੀ ਆਕਾਰ ਲੈਂਦੀ ਆ ਉਹ ਪੱਥਰ ਦੀ ਅਸਲ ਸ਼ਕਲ ਨੂੰ ਭੁੱਲ ਜਾਂਦੀ ਹੈ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਸਾਡੇ ਜੀਵਨ ਵਿੱਚ ਕਈ ਤਰ੍ਹਾਂ ਦੇ ਬਦਲਾਅ ਆ ਰਹੇ ਹਨ ਅਜਿਹੀ ਸਥਿਤੀ ਵਿੱਚ ਸਾਡਾ ਮਨ ਬੇਲੋੜੀਆਂ ਚੀਜ਼ਾਂ ਘਟਨਾਵਾਂ ਤੇ ਯਾਦਾਂ ਨੂੰ ਵੀ ਦੂਰ ਕਰਦਾ ਹੈ ਇਸ ਲਈ ਇਨਸਾਨ ਨੂੰ ਹਮੇਸ਼ਾ ਨਵੀਆਂ ਗੱਲਾਂ ਸਿੱਖਦੇ ਰਹਿਣਾ ਚਾਹੀਦਾ ਹੈ ਕੁਝ ਨਵਾਂ ਸਿੱਖਣ ਲਈ ਪਹਿਲਾਂ ਸਿੱਖੀਆਂ ਗੱਲਾਂ ਨੂੰ ਭੁੱਲਣਾ ਜੋ ਆ ਉਹ ਬੇहद ਜ਼ਰੂਰੀ ਹੁੰਦਾ ਹੈ ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਇਹੀ ਕਾਰਨ ਹੈ ਕਿ ਸਾਡੀ ਯਾਦਾਸ਼ ਸ਼ਕਤੀ ਜੋ ਆ ਉਹ ਸਾਡੀਆਂ ਬੇਕਾਰ ਚੀਜ਼ਾਂ ਨੂੰ ਕੱਢ ਦਿੰਦੀ ਹੈ ਤੇ ਅਸੀਂ ਉਹਨਾਂ ਚੀਜ਼ਾਂ ਨੂੰ ਭੁੱਲ ਜਾਂਦੇ ਹਾਂ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਪਸੰਦ ਆਈ ਹੋਵੇਗੀ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆਂ ਦੇ ਇਜਾਜ਼ਤ ਤੇ ਜੁੜੇ ਰਹੋ ਨੈਕਸ ਪੰਜਾਬ ਦੇ ਨਾਲ